ਦੇਖੋ ਇੱਦਾਂ ਦੇਖ ਜਿਹੜੇ ਹੁਣ ਤੱਕ ਦੇ ਸਾਡੇ ਕੋਲ ਕੇਸ ਰਿਪੋਰਟ ਹੋ ਰਹੇ ਆ ਉਹਦੇ ਵਿੱਚ ਇਹ ਦੇਖਣ 'ਚ ਆ ਰਿਹਾ ਬਹੁਤ ਸਾਰੇ ਪੜ੍ਹੇ ਲਿਖੇ ਵਿਅਕਤੀ ਜਿਹੜੇ ਬਹੁਤ ਅੱਛੀ ਸੁਸਾਇਟੀ ਔਰ ਅੱਛੇ ਬਿਜ਼ਨਸ ਚਲਾ ਰਹੇ ਨੇ ਉਹ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਰਹੇ ਨੇ ਉਹ ਇਸ ਤਰ੍ਹਾਂ ਵੀ ਉਹ ਅਲੱਗ ਅਲੱਗ ਡੀਪ ਫੇਕ ਵੀਡੀਓਜ਼ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸੇ ਸੈਲੀਬ੍ਰਿਟੀ ਨੂੰ ਲੈ ਕੇ ਜਾਂ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਲੈ ਕੇ ਉਹਦੇ 'ਤੇ ਡੀਪ ਫੇਕ ਵੀਡੀਓਜ਼ ਬਣਾਈਆਂ ਜਾਂਦੀਆਂ ਜਿਹਦਾ ਪ੍ਰਭਾਵ ਲੋਕਾਂ 'ਤੇ ਬਹੁਤ ਜ਼ਿਆਦਾ ਹੁੰਦਾ ਅਤੇ ਲੋਕ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਕੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਤਰ੍ਹਾਂ ਦੇ ਇਨਵੈਸਟਮੈਂਟਸ ਦੇ ਵਿੱਚ ਪੈਸਾ ਲਗਾ ਰਹੇ ਨੇ ਔਰ ਬਿਨਾਂ ਸੋਚੇ ਸਮਝੇ ਬਿਨਾਂ ਇਹ ਸਮਝੇ ਕਿ ਜਿਹੜੇ ਪੈਸੇ ਉਹ ਇਨਵੈਸਟ ਕਰ ਰਹੇ ਨੇ ਉਹ ਕਿਸ ਐਪ ਦੇ ਵਿੱਚ ਜਾਂ ਕਿਸ ਅਕਾਊਂਟ ਦੇ ਵਿੱਚ ਉਹ ਪੈਸੇ ਜਾ ਰਹੇ ਨੇ ਇਸ ਨੂੰ ਕ੍ਰੋਸ ਚੈੱਕ ਬਿਲਕੁਲ ਨਹੀਂ ਕੀਤਾ ਜਾਂਦਾ ਅਤੇ ਇਹ ਫਰਜ਼ੀ ਅਕਾਊਂਟ ਦੇ ਵਿੱਚ ਪੈਸੇ ਲੈ ਕੇ ਉਹਨਾਂ ਨੂੰ ਇੱਕ ਵਰਚੁਅਲੀ ਅਮਾਊਂਟ ਦਿਖਾ ਦਿੱਤੀ ਜਾਂਦੀ ਹੈ ਵੀ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹ ਇੰਨੇ ਗੁਣਾ ਹੋ ਚੁੱਕੀ ਹੈ ਔਰ ਅਤੇ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਅਲਿਓਰ ਹੋ ਕੇ ਹੋਰ ਜਿਹੜੀ ਇਨਵੈਸਟਮੈਂਟ ਕਰਨ ਲਈ ਲੁਭਾਇਆ ਜਾਂਦਾ ਅਤੇ ਲੋਕ ਇਹਨਾਂ ਦੇ ਲਾਲਚ ਵਿੱਚ ਆ ਕੇ ਇਹਨਾਂ ਦੀ ਇਨਵੈਸਟਮੈਂਟ ਕਰੀ ਜਾ ਰਹੇ ਨੇ ਔਰ ਬਹੁਤ ਵੱਡੀਆਂ ਅਮਾਊਂਟਸ ਦੇ ਇਨਵੈਸਟਮੈਂਟ ਫਰੋਡ ਹੋ ਰਹੇ ਨੇ ਅਤੇ ਜੀ ਸਰ ਦੇਖੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸੇ ਵੀ ਜਿਸਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਤੁਸੀਂ ਐਡਵਰਟਾਈਜ਼ਮੈਂਟ ਨੂੰ ਲੈ ਕੇ ਉਹਦੇ ਵਿੱਚ ਡੀ ਫੇਕ ਵੀਡੀਓਜ਼ ਕ੍ਰੀਏਟ ਬਣਾ ਕੇ ਅਤੇ ਲੋਕਾਂ ਨੂੰ ਲੁਭਾਇਆ ਜਾਂਦਾ ਅਤੇ ਲੋਕ ਇਸ ਨੂੰ ਰਿਸਪੋਂਡ ਕਰ ਬੈਠਦੇ ਆ ਵੀ ਜੇ ਇਸ ਤਰ੍ਹਾਂ ਦਾ ਕੋਈ ਵਿਅਕਤੀ ਇਸ ਚੀਜ਼ਾਂ ਦੇ ਵਿੱਚ ਇਨਵੈਸਟ ਕਰ ਰਿਹਾ ਤਾਂ ਜ਼ਰੂਰ ਹੋ ਸਕਦਾ ਇਹਦੀ ਸੱਚਾਈ ਨੂੰ ਜਾਣੇ ਬਿਨਾਂ ਉਹ ਇਨਵੈਸਟਮੈਂਟ ਫਰੋਡ ਨੂੰ ਜਿਹੜਾ ਵਾ ਰਿਸਪੋਂਡ ਕਰ ਬੈਠਦੇ ਆ ਅਤੇ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਜਾਂਦੇ ਆ। ਦੇਖੋ ਨੰਬਰ ਆਫ ਕੇਸਿਸ ਰਿਪੋਰਟ ਹੋ ਰਹੇ ਆ ਇਨਵੈਸਟਮੈਂਟ ਫਰੋਡ ਦੇ ਖਾਸ ਕਰਕੇ ਔਰ ਤੁਹਾਨੂੰ ਹੈਰਾਨਗੀ ਹੋਵੇਗੀ ਇਹਦੇ ਵਿੱਚ ਸਾਰੇ ਹੀ ਪੜ੍ਹੇ ਲਿਖੇ ਔਰ ਚੰਗੇ ਬਿਜ਼ਨਸਮੈਨ ਵਿਅਕਤੀ ਜਿਹੜੇ ਆ ਇਹਦੇ ਇਨਵੈਸਟਮੈਂਟ ਫਰੋਡ ਦੇ ਸ਼ਿਕਾਰ ਹੋ ਰਹੇ ਆ। ਦੇਖੋ ਬਚਣ ਦਾ ਇੱਕੋ ਇੱਕ ਤਰੀਕਾ ਤੁਹਾਡੀ ਅਵੇਅਰਨੈਸ ਅਤੇ ਸਮਝਦਾਰੀ। ਤੁਸੀਂ ਜੇਕਰ ਕ੍ਰੋਸ ਚੈੱਕ ਕਰੋਗੇ ਜੇਕਰ ਸੋਸ਼ਲ ਮੀਡੀਆ ਦੇ ਇਸ ਪਲੇਟਫਾਰਮ ਦੇ ਉਸਦੇ ਉੱਥੇ ਕਮੈਂਟਸ ਬਾਕਸ 'ਚ ਜਾ ਕੇ ਤੁਸੀਂ ਕਮੈਂਟਸ ਦੇਖੋਗੇ ਔਰ ਬਹੁਤ ਸਾਰੇ ਤੁਸੀਂ ਇਸ ਤਰ੍ਹਾਂ ਦੇ ਦੇਖੋਗੇ ਕਮੈਂਟਸ ਉਹਨਾਂ ਦੀ ਟੀਮ ਵੱਲੋਂ ਹੀ ਇੱਦਾਂ ਦੇ ਕਮੈਂਟਸ ਕੀਤੇ ਜਾਂਦੇ ਆ ਵੀ ਸਾਨੂੰ ਇਸ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੋ ਗਿਆ ਰਿਸਪੋਂਡ ਹੋ ਗਿਆ ਔਰ ਲੋਕਾਂ ਨੂੰ ਵਿਸ਼ਵਾਸ ਵਿੱਚ ਲੈਣ ਲਈ ਇਸ ਤਰ੍ਹਾਂ ਦੇ ਕਮੈਂਟਸ ਕਰਵਾਏ ਜਾਂਦੇ ਆ। ਇਸ ਕਰਕੇ ਜਦੋਂ ਤੁਸੀਂ ਉਸ ਅਕਾਊਂਟ ਨੂੰ ਚੈੱਕ ਕਰੋਗੇ ਜਾਂ IPO ਨੂੰ ਜਾਂ ਐਪ ਨੂੰ ਜਿਸ ਰਾਹੀਂ ਪੈਸੇ ਇਨਵੈਸਟ ਕਰਵਾਏ ਜਾਂਦੇ ਆ ਤਾਂ ਤੁਹਾਨੂੰ ਇਹ ਭਲੀ ਭਾਂਤੀ ਤੁਸੀਂ ਸਮਝ ਸਕੋਗੇ ਵੀ ਇਹ ਜਿਹੜੇ ਇਹ ਪੈਸੇ ਫਰੋਡ ਰਾਹੀਂ ਫਰੋਡ ਅਕਾਊਂਟਸ ਦੇ ਵਿੱਚ ਪਾਏ ਜਾ ਰਹੇ ਆ। ਦੇਖੋ ਪਹਿਲਾਂ ਹੀ ਸਾਡੀ 24 hours ਜਿਹੜੀ ਲੁਧਿਆਣਾ ਕਮਿਸ਼ਨਰੇਟ ਦੀ ਜਿਹੜੀ ਹੈਲਪ ਡੈਸਕ ਚੱਲ ਰਹੀ ਹੈ 24 ਘੰਟੇ ਅਸੀਂ ਜੇਕਰ ਕੋਈ ਵਿਅਕਤੀ ਨਾਲ ਇਮੀਡੀਏਟ ਫਰੋਡ ਹੋ ਜਾਂਦਾ ਉਹ ਇਮੀਡੀਏਟ ਰਿਸਪੋਂਡ ਕਰਦਾ 1930 'ਤੇ ਕੰਪਲੇਂਟ ਕਰ ਸਕਦਾ 155-260 'ਤੇ ਟੈਲੀਫੋਨਿਕਲੀ ਘਰੋਂ ਬੈਠੇ ਹੀ ਆਪਣੀ ਕੰਪਲੇਂਟ ਰਜਿਸਟਰ ਕਰਵਾਈ ਜਾ ਸਕਦੀ ਹੈ ਅਤੇ ਸਾਡੀ ਜਿਹੜੀ ਹੈਲਪ ਡੈਸਕ ਵੱਲੋਂ ਬੈਕਐਂਡ 'ਤੇ ਉਹਨਾਂ ਦੀ ਕੰਪਲੇਂਟ ਨੂੰ ਪਰਸਿਊ ਕੀਤਾ ਜਾਂਦਾ। ਜੇਕਰ ਕਿਸੇ ਵਿਅਕਤੀ ਨੂੰ ਇਸ ਸੰਬੰਧੀ ਨਹੀਂ ਪਤਾ ਜਾਂ ਕੰਪਲੇਂਟ ਨਹੀਂ ਰਜਿਸਟਰ ਕਰਵਾ ਸਕਦਾ ਤਾਂ 24 ਘੰਟੇ ਜਦੋਂ ਮਰਜ਼ੀ 7 days ਸਾਡੇ ਇੱਥੇ ਹੈਲਪ ਡੈਸਕ 'ਤੇ ਵਿਜ਼ਿਟ ਕਰਕੇ ਸਰਾਭਾ ਨਗਰ ਆਪਣੀ ਕੰਪਲੇਂਟ ਰਜਿਸਟਰ ਕਰਵਾ ਸਕਦਾ। ਅਸੀਂ ਜਿਹੜੀ ਆ ਇਮੀਡੀਏਟ ਉਹਨੇ ਕੰਪਲੇਂਟ ਰਜਿਸਟਰ ਕਰਕੇ ਫਾਈਨੈਂਸ਼ੀਅਲ ਫਰੋਡ ਦੇ ਵਿੱਚ ਇਮੀਡੀਏਟ ਉਹਦੀ ਹੈਲਪ ਕਰਦੇ ਹਾਂ। ਸਰ ਦੇਖਿਆ ਜਾਂਦਾ ਸੀ ਕਿ ਪਹਿਲਾਂ ਜਿੱਦਾਂ ਪੈਸੇ ਕੱਢੇ ਜਾਂਦੇ ਸੀ ਤਾਂ 1-2 ਦਿਨ ਦਾ ਸਮਾਂ ਹੁੰਦਾ ਸੀ ਕਿ ਜਦੋਂ ਪੈਸੇ ਆਉਂਦੇ ਸੀ, ਹੁਣ ਲੋਕ ਕਹਿੰਦੇ ਨੇ ਵੀ ਸਾਡਾ ਵੀ ਪੈਸੇ ਹੁਣ ਵਾਪਸ ਨਹੀਂ ਆਉਂਦੇ, ਕੀ ਲੱਗਦਾ ਵੀ ਜਿਹੜੀ ਸਾਈਬਰ ਠੱਗੀ ਆ ਉਹ ਜਿਹੜੀ ਟੈਕਨੀਕਲੀ ਤੌਰ 'ਤੇ ਬਹੁਤ ਸਟਰੋਂਗ ਹੋ ਗਈ ਹੈ ਅਤੇ ਹੁਣ ਪੈਸੇ ਕਢਾਉਣੇ ਵੀ ਬੜੇ ਮੁਸ਼ਕਿਲ ਹੈ? ਦੇਖੋ ਮੈਂ ਪਹਿਲਾਂ ਜਿੱਦਾਂ ਤੁਹਾਨੂੰ ਦੱਸ ਰਿਹਾ ਜੇ
ਕਿਸੇ ਵਿਅਕਤੀ ਨਾਲ ਸਾਈਬਰ ਖੜੀ ਠੱਗੀ ਹੋ ਜਾਂਦੀ ਹੈ, ਉਹਨੂੰ ਕਲਿੱਕ ਕਰਦਾ ਵੀ ਮੇਰੇ ਨਾਲ ਠੱਗੀ ਹੋ ਗਈ, ਤਾਂ 1930 'ਤੇ ਜਾਂ ਸਾਈਬਰ ਹੈਲਪਡੈਕਸ 'ਤੇ ਕਰਾਵੇ ਕੰਪਲੇਂਟ ਰਜਿਸਟਰ ਕਰਾਉਂਦਾ, ਤਾਂ ਇਮੀਡੀਏਟ ਜਿਹੜੀ ਉਹਦੇ ਪੈਸੇ ਵਾਪਸ ਹੋ ਸਕਦੇ ਆ। ਜੇਕਰ ਉਹ ਪੈਸੇ ਕਿਸੇ ਪਾਈਪਲਾਈਨ ਦੇ ਵਿੱਚ ਬਲੌਕ ਹੋ ਜਾਣ ਜਾਂ ਫਰੀਜ਼ ਹੋ ਜਾਣ, ਤਾਂ ਜਿਹੜੇ ਪੈਸੇ ਉਹ ਵਾਪਸ ਹੋ ਸਕਦੇ ਆ।